ਅਣੁਜ ਮੀ ਕਹਾਣੀ ਪਰਮਾਤਮੇ ਦੀ ਨੋਈ ਬਾਚਾ। ਇੱਕ ਸਵਰਗ ਦੂਤੈ ਇੱਕ ਜਵਾਨ ਜਣਾ ਸਾ ਮਰਿਯਮਾ ਨੇ ਗਲਾਇਆ ਕਿ ਸਹਿ ਪਰਮਾਤਮੇ ਦੇ ਪੁੱਤਰੇ ਜੋ ਜਨਮ ਦਿੰਗੀ। ਸਹਿ ਹਾਲੀ ਕੁਵਾਰੀ ਥੀ, ਅਪਰ ਪਵਿੱਤਰ ਆਤਮਾ ਤਿਸਾ ਹਾਲੀ ਆਇਆ ਕਨੇ ਸਹਿ ਗਰਭਵਤੀ ਹੋਈ। ਤਿੰਨੇ ਇੱਕ ਪੁੱਤਰੇ ਜੋ ਜਨਮ ਦਿੱਤਾ, ਜਿਸਦਾ ਨਾਂ ਤਿੰਨੇ ਈਸੂ ਰੱਖਿਆ। ਇਸ ਤਾਈਂ ਈਸੂ ਪਰਮਾਤਮਾ ਕਨੇ ਮਾਣੂ ਦੋਇਓ ਹੈ। ਇਸਮੇ ਵੱਡੇ ਭਰੀ ਹੈਰਾਨੀ ਵਾਲੇ ਕੰਮ ਕੀਤੇ, ਜਿਹੜਾ ਦੱਸਦੇ ਹਨ ਕਿ ਸਹਿ ਪਰਮਾਤਮਾ ਹੈ। ਸਹਿ ਪਾਣੀਏ ਪਰ ਚੱਲਿਆ ਕਨੇ ਤੂਫਾਨੇ ਜੋ ਸ਼ਾਂਤ ਕੀਤਾ। ਤਿੰਨੀ ਵੱਡੇ ਭਰੀ ਬਿਮਾਰ ਲੋਕਾਂ ਜੋ ਠੀਕ ਕੀਤਾ ਕਨੇ ਵੱਡੇ ਭਰੀ ਲੋਕਾਂ ਤੇ ਦੁਸ਼ਟ ਆਤਮਾ ਜੋ ਕੱਢਿਆ। ਤਿੰਨੀ ਮਰਿਆ ਹੋਇਆ ਲੋਕਾਂ ਜੋ ਜਿੰਦਾ ਕਰੀ ਦਿੱਤਾ ਕਨੇ ਤਿੰਨੀ ਪੰਜ ਰੋਟੀਆਂ ਕਨੇ ਦੋ ਮੱਛੀਆਂ ਜੋ 5000 ਲੋਕਾਂ ਜੋ ਖਾਣਾ ਖਵਾਉਣੇ ਤਾਈਂ ਮਤੇ ਖਾਣੇ 'ਚ ਬਦਲੀ ਦਿੱਤਾ। ਈਸੂ ਇੱਕ ਮਹਾਨ ਗੁਰੂ ਵੀ ਥਾ, ਜਿਹੜਾ ਕੁਛ ਵੀ ਤਿੰਨੀ ਸਿਖਾਇਆ ਸਹਿ ਤਿੰਨੀ ਸਿੱਧਤਾ ਕਰਨੇ ਸਿਖਾਇਆ। ਜਿਹੜਾ ਸਹਿ ਲੋਕਾਂ ਨੇ ਕਰਨੇ ਤਾਈਂ ਗਲਾਂਦਾ ਹੈ ਸਹਿ ਤਿੰਨਾਂ ਜੋ ਕਰਨਾ ਚਾਹੀਦਾ ਹੈ, ਕਜੋ ਕਿ ਸਹਿ ਪਰਮਾਤਮੇ ਦਾ ਪੁੱਤਰ ਹੈ। ਉਦਾਹਰਣੇ ਤਾਈਂ ਤਿੰਨੀ ਸਿਖਾਇਆ ਕਿ ਤੁਹਾਂ ਜੋ ਹੋਰਨਾਂ ਲੋਕਾਂ ਜੋ ਇਸ ਰੀਤੀਏ ਨੇ ਪਿਆਰ ਕਰਨੇ ਦੀ ਜ਼ਰੂਰਤ ਹੈ, ਜਿਵੇਂ ਤੁਹਾਂ ਆਪੋ ਜੋ ਪਿਆਰ ਕਰਦੇ ਹਨ। ਤਿੰਨੀ ਇਹ ਵੀ ਸਿਖਾਇਆ ਕਿ ਤੁਹਾਂ ਜੋ ਸਾਰੀਆਂ ਚੀਜ਼ਾਂ 'ਤੇ ਜ਼ਿਆਦਾ ਕਨੇ ਆਪਣੀ ਧਨ ਦੌਲਤਾਂ 'ਤੇ ਵੀ ਬੜੀ ਕਰੀ ਪਰਮਾਤਮੇ ਜੋ ਪਿਆਰ ਕਰਨਾ ਚਾਹੀਦਾ। ਇਸਮੇ ਗਲਾਇਆ ਕਿ ਸੰਸਾਰੇ 'ਚ ਕਿਸੇ ਵੀ ਚੀਜ਼ਾਂ ਜੋ ਹਾਸਿਲ ਕਰਨੇ 'ਤੇ ਜ਼ਿਆਦਾ ਖਰਾ ਹੈ ਪਰਮਾਤਮੇ ਦੇ ਰਾਜ 'ਚ ਹੋਣਾ। ਇਸ ਦੇ ਰਾਜ 'ਚ ਤੁਹਾਂ ਜੋ ਅੰਦਰ ਜਾਣੇ ਤਾਈਂ ਜ਼ਰੂਰੀ ਹੈ ਕਿ ਪਰਮਾਤਮਾ ਤੁਹਾਂ ਜੋ ਤੁਹਾਂ ਦੇ ਪਾਪਾਂ 'ਤੇ ਬਚਾਏ। ਇਸਮੇ ਗਲਾਇਆ ਕਿ ਕੁਛ ਲੋਕ ਤੁਸੀਂ ਕਬੂਲ ਕਰਗੇ ਪਰਮਾਤਮਾ ਤੇ ਨਾ ਲੋਕਾਂ ਜੋ ਬਚਾਂਗਾ, ਅਪਰ ਦੂਏ ਲੋਕ ਤੁਸੀਂ ਕਬੂਲ ਨਹੀਂ ਕਰਗੇ। ਤਿੰਨੀ ਇਹ ਵੀ ਗਲਾਇਆ ਕਿ ਕੁਛ ਲੋਕ ਖਰੀਆਂ ਜ਼ਮੀਨਾਂ ਸਾਈਆਂ ਹਨ, ਕਜੋ ਕਿ ਸਹਿ ਈਸੂਏ ਦੇ ਬਾਰੇ 'ਚ ਨੋਏ ਸੰਦੇਸ਼ ਜੋ ਕਬੂਲ ਕਰੀ ਲੈਂਦੇ ਹਨ ਕਨੇ ਪਰਮਾਤਮਾ ਤਿੰਨਾਂ ਜੋ ਬਚਾਉਂਦਾ ਹੈ। ਅਪਰ ਕੁਛ ਲੋਕ ਰਸਤੇ ਦੀਆਂ ਸਖ਼ਤ ਜ਼ਮੀਨਾਂ ਸਾਈਆਂ ਹਨ, ਪਰਮਾਤਮੇ ਦਾ ਬਚਨ ਬੀਏ ਸਾਈਏ ਰਸਤੇ ਪਰ ਪਾਉਂਦਾ ਹੈ, ਅਪਰ ਉੱਥੋਂ ਕੁਛ ਵੀ ਨਹੀਂ ਲੁੰਘਦਾ ਹੈ। ਇਹ ਲੋਕ ਈਸੂਏ ਦੇ ਬਾਰੇ 'ਚ ਸੰਦੇਸ਼ ਜੋ ਨਾਮੰਜੂਰ ਕਰੀ ਦਿੰਦੇ ਹਨ, ਸਹਿਤ ਇਸਦੇ ਰਾਜ 'ਚ ਅੰਦਰ ਜਾਣੇ 'ਤੇ ਮਨਾ ਕਰੀ ਦਿੰਦੇ ਹਨ। ਇਸਮੇ ਸਿਖਾਇਆ ਕਿ ਪਰਮਾਤਮਾ ਪਾਪੀਆਂ ਨੇ ਬੜਾ ਪਿਆਰ ਕਰਦਾ ਹੈ, ਸਹਿਤ ਤਿੰਨਾਂ ਜੋ ਮਾਫ ਕਰਨਾ ਚਾਹੁੰਦਾ ਹੈ ਕਨੇ ਤਿੰਨਾਂ ਜੋ ਆਪਣੀ ਔਲਾਦ ਬਣਾਉਣਾ ਚਾਹੁੰਦਾ ਹੈ। ਇਸਮੇ ਇਹ ਵੀ ਦੱਸਿਆ ਕਿ ਪਰਮਾਤਮਾ ਪਾਪੇ 'ਤੇ ਨਫ਼ਰਤ ਕਰਦਾ ਹੈ, ਕਜੋ ਕਿ ਆਦਮ ਕਨੇ ਹਵਾ ਨੇ ਪਾਪ ਕੀਤਾ, ਇਸ ਤਾਈਂ ਇਸ ਦੀਆਂ ਸਾਰੀਆਂ ਵੰਸ਼ਜਾਂ ਨੇ ਵੀ ਪਾਪ ਕੀਤਾ। ਇਸ ਸੰਸਾਰੇ 'ਚ ਰਹਿਣ ਵਾਲਾ ਹਰ ਇੱਕ ਮਾਣੂ ਪਾਪ ਕਰਦਾ ਹੈ ਕਨੇ ਪਰਮਾਤਮੇ 'ਤੇ ਦੂਰ ਹੈ। ਹਰ ਇੱਕ ਮਾਣੂ ਪਰਮਾਤਮੇ ਦਾ ਦੁਸ਼ਮਣ ਹੈ, ਅਪਰ ਪਰਮਾਤਮਾ ਇਸ ਸੰਸਾਰੇ 'ਚ ਰਹਿਣ ਵਾਲੇ ਹਰ ਇੱਕ ਮਾਣੂਏ ਨੇ ਇਸ ਤਰੀਕੇ ਨੇ ਪਿਆਰ ਕੀਤਾ। ਤਿੰਨੀ ਆਪਣੇ ਕਿੱਲੇ ਪੁੱਤਰੇ ਜੋ ਦੇ ਦਿੱਤਾ ਤਾਂ ਕਿ ਪਰਮਾਤਮਾ ਤਿੰਨਾਂ ਜੋ ਸਜ਼ਾ ਨਹੀਂ ਦੇ ਜਿਹੜਾ ਇਸ ਪਰ ਵਿਸ਼ਵਾਸ ਕਰਦੇ ਹਨ। ਇਸ ਦੇ ਬਜਾਏ ਸਹਿ ਇਸ ਦੇ ਕੰਨੇ ਹਮੇਸ਼ਾ ਤਾਈਂ ਰਹਿਣਗੇ। ਤੁਹਾਂ ਮਰਨੇ ਦੇ ਕਾਬਿਲ ਹਨ, ਕਜੋ ਕਿ ਤੁਹਾਂ ਪਾਪ ਕੀਤਾ ਹੈ। ਤੁਹਾਂ 'ਤੇ ਪਰਮਾਤਮੇ ਦਾ ਗੁੱਸਾ ਹੋਣਾ ਜਾਇਜ਼ ਹੀ ਹੈ। ਇਸ ਦੀ ਉਪੇਖਸਾ ਸਹਿ ਈਸਵੇ ਪਰ ਗੁੱਸੇ ਹੋਇਆ, ਤਿੰਨੀ ਈਸਵੇ ਜੋ ਕਰੂਸੇ ਦੀ ਮੌਤ ਦੇਈ ਕਰੀ ਸਜ਼ਾ ਦਿੱਤੀ। ਈਸਵੇ ਕਦੀ ਪਾਪ ਨਹੀਂ ਕੀਤਾ ਥਾ, ਅਪਰ ਤਿੰਨੀ ਪਰਮਾਤਮੇ ਜੋ ਤਿਸੀਓ ਸਜ਼ਾ ਦੇਣਾ ਦਿੱਤੀ, ਤਿੰਨੀ ਮਰੀ ਜਾਣਾ ਸਵੀਕਾਰ ਕੀਤਾ। ਇਸ ਰੀਤੀਏ ਨੇ ਤੁਹਾਂ ਦੇ ਪਾਪਾਂ ਜੋ ਕਨੇ ਇਸ ਸੰਸਾਰੇ 'ਚ ਰਹਿਣ ਵਾਲੇ ਹਰ ਇੱਕ ਮਾਣੂਏ ਦੇ ਪਾਪਾਂ ਜੋ ਚੁੱਕੀ ਲਈ ਜਾਣੇ ਤਾਈਂ ਸਹਿ ਇੱਕ ਸਿੱਧ ਬਲੀਦਾਨ ਥਾ। ਈਸਵੇ ਆਪੋ ਜੋ ਪਰਮਾਤਮੇ ਤਾਈਂ ਬਲੀਦਾਨ ਕਰੀ ਦਿੱਤਾ। ਇਸ ਤਾਈਂ ਪਰਮਾਤਮਾ ਕਿਸੇ ਵੀ ਪਾਪੇ ਜੋ ਇੱਥੋਂ ਤਿਕਰ ਕਿ
ਰੱਬ ਨੇ ਪਾਪਾਂ ਜੋ ਵੀ ਮਾਫ ਕਰਦਾ ਹੈ। ਭਲੇ ਹੀ ਅਗਰ ਤੁਹਾਂ ਬੜੇ ਵਾਰੀ ਖਰਿਆਂ ਕੰਮਾਂ ਜੋ ਕਰਦੇ ਹਨ ਤਾਂ ਇਸ ਦੇ ਦੁਆਰਾ ਪਰਮਾਤਮਾ ਤੁਹਾਂ ਜੋ ਨਹੀਂ ਬਚਾਉਣਾ। ਇਸ ਦਾ ਮਿੱਤਰ ਬਣਨੇ ਤਾਈਂ ਇਹਦਿਆ ਕੁਛ ਵੀ ਨਹੀਂ ਹੈ ਜਿਹੜਾ ਤੁਹਾਂ ਕਰ ਸਕਦੇ ਹਨ। ਇਸ ਦੀ ਉਪੇਖਸਾ ਤੁਹਾਂ ਜੋ ਵਿਸ਼ਵਾਸ ਕਰਨਾ ਹੈ ਕਿ ਯਿਸੂ ਪਰਮਾਤਮੇ ਦਾ ਪੁੱਤਰ ਹੈ, ਕਨੇ ਸਹਿ ਤੁਹਾਂ ਦੇ ਬਦਲੇ 'ਚ ਕਰੂਸੇ ਪਰ ਮਰੀ ਗਿਆ, ਕਨੇ ਇਹ ਵੀ ਕਿ ਪਰਮਾਤਮਾ ਤੁਸੀਂ ਫਰੀ ਤੇ ਜਿੰਦਾ ਕਰੀ ਦਿੱਤਾ। ਅਗਰ ਤੁਹਾਂ ਇਸ ਪਰ ਵਿਸ਼ਵਾਸ ਕਰਗੇ ਤਾਂ ਪਰਮਾਤਮਾ ਤੁਹਾਂ ਦੇ ਪਾਪਾਂ ਜੋ ਮਾਫ਼ ਕਰੀ ਦੇਗਾ। ਪਰਮਾਤਮਾ ਤਿਸ ਹਰ ਇੱਕ ਮਾਣੂ ਹੈ ਜੋ ਬਚਾਂਗਾ ਜਿਹੜਾ ਇਸ ਪਰ ਵਿਸ਼ਵਾਸ ਕਰਦਾ ਹੈ, ਕਨੇ ਤੁਸੀਂ ਉਹ ਆਪਣਾ ਪ੍ਰਭੂ ਕਬੂਲ ਕਰਦਾ ਹੈ। ਅਪਰ ਸਹਿ ਤਿਸ ਜੋ ਨਹੀਂ ਬਚਾਂਗਾ ਜਿਹੜਾ ਤਿਸ ਪਰ ਵਿਸ਼ਵਾਸ ਨਹੀਂ ਕਰਦੇ ਹਨ। ਇਹ ਕੋਈ ਮਾਇਨੇ ਨਹੀਂ ਰੱਖਦਾ ਕਿ ਤੁਹਾਂ ਅਮੀਰ ਹਨ ਜਾਂ ਗਰੀਬ ਹਨ, ਮਾਣੂ ਹੋਵੇ ਜਾਂ ਜਨਾਸ ਹੋਵੇ, ਬੁੱਢੇ ਹਨ ਜਾਂ ਜਵਾਨ ਹਨ, ਜਾਂ ਤੁਹਾਂ ਕੁੱਥੋਂ ਰਹਿੰਦੇ ਹਨ। ਪਰਮਾਤਮਾ ਤੁਹਾਂ ਨੇ ਪਿਆਰ ਕਰਦਾ ਹੈ, ਕਨੇ ਚਾਹੁੰਦਾ ਹੈ ਕਿ ਤੁਹਾਂ ਈਸ਼ਵਰ ਪਰ ਵਿਸ਼ਵਾਸ ਕਰਨ ਕਿ ਸਹਿ ਤੁਹਾਂ ਦਾ ਮਿੱਤਰ ਬਣੀ ਸਕੇ। ਯਿਸੂ ਤੁਹਾਂ ਜੋ ਸੱਦਾ ਹੈ ਕਿ ਇਸ ਪਰ ਵਿਸ਼ਵਾਸ ਕਰਨ, ਕਨੇ ਬਤਿਸਮਾ ਲੈਣ। ਕਿਆ ਤੁਹਾਂ ਵਿਸ਼ਵਾਸ ਕਰਦੇ ਹਨ ਕਿ ਪਰਮਾਤਮੇ ਦਾ ਇਕਲੌਤਾ ਪੁੱਤਰ ਯਿਸੂ ਮਸੀਹ ਹੀ ਹੈ? ਕਿਆ ਤੁਹਾਂ ਵਿਸ਼ਵਾਸ ਕਰਦੇ ਹਨ ਕਿ ਤੁਹਾਂ ਇੱਕ ਪਾਪੀ ਹਨ? ਕਨੇ ਇਹ ਕਿ ਤੁਹਾਂ ਪਰਮਾਤਮੇ ਦੁਆਰਾ ਤੁਹਾਂ ਜੋ ਸਜ਼ਾ ਦਿੱਤੇ ਜਾਣ ਦੇ ਕਾਬਿਲ ਹਨ? ਕਿਆ ਤੁਹਾਂ ਵਿਸ਼ਵਾਸ ਕਰਦੇ ਹਨ ਕਿ ਤੁਹਾਂ ਦੇ ਪਾਪਾਂ ਜੋ ਮਿਟਾਉਣੇ ਤਾਈਂ ਯਿਸੂ ਕ੍ਰੂਸ ਪਰ ਮਰਿਆ? ਅਗਰ ਤੁਹਾਂ ਯਿਸੂਵੇ ਪਰ, ਕਨੇ ਜਿਹੜਾ ਤਿੰਨੀ ਤੁਹਾਂ ਤਾਈਂ ਕੀਤਿਆ ਹੈ, ਇਸ ਪਰ ਵਿਸ਼ਵਾਸ ਕਰਦੇ ਹਨ ਤਾਂ ਤੁਹਾਂ ਇੱਕ ਮਸੀਹ ਹਨ। ਸ਼ੈਤਾਨੇ ਆਪਣੇ ਹਨੇਰੇ ਦੇ ਰਾਜ 'ਚ ਹੁਣ ਤੁਹਾਂ ਪਰ ਸ਼ਾਸਨ ਨਹੀਂ ਕਰਦਾ ਹੈ, ਹੁਣ ਪਰਮਾਤਮਾ ਆਪਣੇ ਪ੍ਰਗੜੇ ਦੇ ਰਾਜ 'ਚ ਤੁਹਾਂ ਪਰ ਸ਼ਾਸਨ ਕਰਦਾ ਹੈ। ਤਿੰਨੀ ਤੁਹਾਂ ਜੋ ਪਾਪ ਕਰਨੇ ਤੇ ਰੋਕੀ ਦਿੱਤਿਆ ਹੈ ਜਿਸੀ ਤੁਹਾਂ ਕਰਦੇ ਥੇ, ਤਿੰਨੀ ਤੁਹਾਂ ਜੋ ਇੱਕ ਨੋਈ ਠੀਕ ਜ਼ਿੰਦਗੀ ਦਿੱਤੀ ਹੈ। ਅਗਰ ਤੁਹਾਂ ਇੱਕ ਮਸੀਹ ਹਨ ਤਾਂ ਜਿਹੜਾ ਇਸਮੇ ਕੀਤਿਆ ਹੈ ਇਸ ਦੀ ਵਜ੍ਹਾ ਪਰਮਾਤਮਾ ਤੁਹਾਂ ਦੇ ਪਾਪਾਂ ਜੋ ਮਾਫ ਕਰੀ ਦਿੱਤਿਆ ਹੈ। ਹੁਣ ਪਰਮਾਤਮਾ ਇੱਕ ਦੁਸ਼ਮਣੇ ਦੀ ਉਪੇਖਸਾ ਤੁਹਾਂ ਜੋ ਇੱਕ ਗਹਿਰਾ ਮਿੱਤਰ ਮੰਨਦਾ ਹੈ। ਅਗਰ ਤੁਹਾਂ ਪਰਮਾਤਮਾ ਦੇ ਮਿੱਤਰ ਹਨ, ਕਨੇ ਪ੍ਰਭੂ ਯਿਸੂ ਮਸੀਹ ਦੇ ਸੇਵਕ ਹਨ, ਤਾਂ ਤੁਹਾਂ ਤਿੰਨਾਂ ਗੱਲਾਂ ਜੋ ਮੰਨਣੇ ਦੀ ਇੱਛਾ ਕਰਗੇ ਜਿਹੜਾ ਯਿਸੂ ਤੁਹਾਂ ਜੋ ਸਿਖਾਉਂਦਾ ਹੈ। ਭਲੇ ਹੀ ਤੁਹਾਂ ਇੱਕ ਮਸੀਹ ਹਨ, ਸ਼ੈਤਾਨ ਹੁਣ ਵੀ ਪਾਪ ਕਰਨੇ ਤਾਈਂ ਤੁਹਾਂ ਦੀ ਪ੍ਰੀਖਿਆ ਕਰਗਾ। ਕਨੇ ਪਰਮਾਤਮਾ ਹਮੇਸ਼ਾ ਸਹਿ ਕਰਦਾ ਹੈ ਜਿਹੜਾ ਸਹਿ ਗਲਾਂਦਾ ਹੈ ਕਿ ਸਹਿ ਕਰਗਾ। ਸਹਿ ਗਲਾਂਦਾ ਹੈ ਕਿ ਅਗਰ ਤੁਹਾਂ ਆਪਣੇ ਪਾਪਾਂ ਜੋ ਮੰਨੀ ਲੈਣ ਤਾਂ ਸਹਿ ਤੁਹਾਂ ਜੋ ਮਾਫ ਕਰੀ ਦੇਗਾ, ਸਹਿ ਤੁਹਾਂ ਜੋ ਪਾਪੇ ਦੇ ਖਿਲਾਫ ਲੜਨੇ ਦੀ ਤਾਕਤ ਦੇਗਾ। ਪਰਮਾਤਮਾ ਤੁਹਾਂ ਜੋ ਬੇਨਤੀ ਕਰਨੇ, ਕਨੇ ਇਸ ਦੇ ਬਚਨਾਂ ਜੋ ਪੜ੍ਹਨੇ ਤਾਈਂ ਗਲਾਂਦਾ ਹੈ। ਸਹਿ ਤੁਹਾਂ ਜੋ ਹੋਰਨਾਂ ਵਿਸ਼ਵਾਸੀਆਂ ਕਨੇ ਮਿਲੀ ਕਰੀ ਇਸ ਦੀ ਆਰਾਧਨਾ ਕਰਨੇ ਤਾਈਂ ਵੀ ਗਲਾਂਦਾ ਹੈ। ਤੁਹਾਂ ਜੋ ਹੋਰਨਾਂ ਲੋਕਾਂ ਜੋ ਵੀ ਦੱਸਣਾ ਹੈ ਕਿ ਤਿੰਨੀ ਤੁਹਾਂ ਤਾਈਂ ਕਿਆ ਕੀਤਿਆ ਹੈ। ਅਗਰ ਤੁਹਾਂ ਇਹਨਾਂ ਸਾਰਿਆਂ ਕੰਮਾਂ ਜੋ ਕਰਨ ਤਾਂ ਤੁਹਾਂ ਇਸਦੇ ਇੱਕ ਪੱਕੇ ਮਿੱਤਰ ਬਣੀ ਜਾਂਗੇ।